सोच नवाया गास एहो वक्त दी है आवाज एहो वक्त दी है आवाज जिस जिंदगी दे विच कामयाब होना है अपने लक्ष्य तक पहुंचना है अपनी मंजिल तक पहुंचना है ते फिर पहला गुण अपने अंदर अपना लो पता की अपने मन दे मालक बनो मन दे गुलाम ना बनो आखो तन गुरु रामदास जी गुरु रामदास जी मन दे मालक बनो मन दे गुलाम ना बनो असी ज्यादातर मन दी गुलामी करदे हैं जिधर ए तोड़दे उधर तुरदे हैं जी पर मन दे मालक बनो इनू अपने अनुसार तोरो ना कि एदे अनुसार चलो शायद कई ना समझे हो बड़ी ठंड सी एक महापुरश अपने नेम दे मुताबक उठे अजकल ते बड़ियां सहूलतां ने साडे घरां दे विच गीजर लगे ने गर्म पानी दा प्रबंध है सौण लगे असीं हीटर चला लैने आ कमरियां दे अंदर इन्नी ठंड महसूस नहीं हुंदी पहला समा नदी ते इशनान करन वास्ते जाना पैंदा सी जां खूह ते इशनान करन जाना महापुरख उठे ठंड बहुत ज्यादा ते मन दे अंदरों आवाज पता की आई चल छड अज इशनान नहीं भी करेगा ते की फर्क पै जाना उदना ही नितनेम कर लै अज इशनान ना भी कीता ते की फर्क पै जाना कई बार साडे नाल इदां हुंदा संगत च कई इदां दे बैठे होणगे क्योंकि जो मैं गल करदा ना मैनूं इन्ना जरूर पता है कोई ना कोई बैठा हुंदा भावें इत्थे बैठा है भावें लाइव दे माध्यम राहीं कोई सुन रहा होएगा ਇਹ ਕਮੀ ਹੋਏਗੀ ਤਾਂ ਹੀ ਗੁਰੂ ਪਿਤਾ ਜੀ ਮੇਰੇ ਮੂੰਹੋਂ ਕਢਵਾ ਰਹੇ ਸੁਣਿਓ ਧਿਆਨ ਨਾਲ ਕਈ ਵਾਰੀ ਅਸੀਂ ਵੀ ਇਦਾਂ ਹੀ ਕਰਦੇ ਹਾਂ ਚੱਲ ਛੱਡ ਯਾਰ ਇਸ਼ਨਾਨ ਨਾ ਕੀਤਾ ਕੀ ਫਰਕ ਪੈ ਜਾਣਾ ਹਾਂਜੀ ਹੁਣ ਸੁਣਿਓ ਮਹਾਂਪੁਰਖਾਂ ਨਾਲ ਜੋ ਬੀਤੀ ਹੁਣ ਮਹਾਂਪੁਰਖ ਜਦੋਂ ਇਸ਼ਨਾਨ ਕਰਨ ਵਾਸਤੇ ਜਾਣ ਲੱਗੇ ਠੰਡ ਬਹੁਤ ਲੱਗੇ ਤੇ ਮਨ ਦੇ ਅੰਦਰੋਂ ਆਵਾਜ਼ ਆਈ ਉਹ ਮਨਾ ਇਸ਼ਨਾਨ ਜੇ ਨਾ ਕਰੇਗਾ ਨਾ ਕੋਈ ਫਰਕ ਨਹੀਂ ਪੈਣਾ ਇਸ਼ਨਾਨ ਦੀ ਲੋੜ ਤੇ ਗ੍ਰਸਤੀ ਬੰਦਿਆਂ ਨੂੰ ਹੁੰਦੀ ਹੈ ਤੂੰ ਤੇ ਮਹਾਂਪੁਰਖ ਹੁਣ ਮਨ ਅਸਰ ਦਿਖਾਉਣ ਲੱਗ ਪਿਆ ਨਾ ਤੇ ਮਹਾਂਪੁਰਖ ਉਸੇ ਵੇਲੇ ਸਮਝ ਗਏ ਅੱਜ ਮਨ ਇਸ਼ਨਾਨ ਕਰਨ ਤੋਂ ਰੋਕ ਰਿਹਾ ਹੈ ਅੱਜ ਜੇ ਇਹਦੇ ਮਗਰ ਲੱਗ ਕੇ ਇਸ਼ਨਾਨ ਨਾ ਕੀਤਾ ਅੱਜ ਇਸ਼ਨਾਨ ਤੋਂ ਰੋਕਦਾ ਕੱਲ ਤੋਂ ਨਿਤਨੇਮ ਤੋਂ ਵੀ ਰੋਕੇਗਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮ ਅੱਜ ਇਸ਼ਨਾਨ ਤੋਂ ਰੋਕਦਾ ਹੈ ਨਾ ਕੱਲ ਨੂੰ ਨਿਤਨੇਮ ਤੋਂ ਵੀ ਰੋਕੇਗਾ ਕੱਲ ਨੂੰ ਗੁਰੂ ਘਰ 'ਚ ਜਾਣ ਤੋਂ ਵੀ ਰੋਕੇਗਾ ਹੁਣ ਉਸੇ ਵੇਲੇ ਸਮਝ ਗਏ ਕੀਤਾ ਪਤਾ ਕੀ ਕੱਪੜਿਆਂ ਸਮੇਤ ਹੀ ਨਾ ਨਦੀ ਦੇ ਵਿੱਚ ਛਾਲ ਮਾਰਤੀ ਕੱਪੜਿਆਂ ਸਮੇਤ ਜਦੋਂ ਕੱਪੜਿਆਂ ਸਮੇਤ ਪਾਣੀ 'ਚ ਵੜੇ ਨਾ ਹੁਣ ਅੰਦਰੋਂ ਆਵਾਜ਼ ਆਵੇ ਹਾਏ ਠੰਡ ਬੜੀ ਹਾਏ ਮੈਂ ਮਰ ਗਿਆ ਮਨ ਅੰਦਰੋਂ ਇਹ ਕਹਿੰਦਾ ਉਸੇ ਵੇਲੇ ਆਪਣੇ ਮਨ ਨੂੰ ਕੀ ਕਹਿੰਦੇ ਕਹਿਣ ਲੱਗੇ ਅੱਜ ਤੂੰ ਸਾਨੂੰ ਇਸ਼ਨਾਨ ਕਰਨ ਤੋਂ ਰੋਕਦਾ ਸੈਂ ਅੱਜ ਤੇ ਤੈਨੂੰ ਥੋੜੀ ਸਜ਼ਾ ਦਿੱਤੀ ਹੈ ਜੇ ਕੱਲ ਤੋਂ ਰੋਕੇਗਾ ਇਹ ਤੋਂ ਵੀ ਵੱਧ ਦੇਵਾਂਗੇ ਮਨ ਦੇ ਮਾਲਕ ਬਣਨਾ ਮਨ ਦੇ ਗੁਲਾਮ ਨਹੀਂ ਬਣਨਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਤੇ ਜਿਹੜੇ ਬੰਦੇ ਮਨ ਦੇ ਗੁਲਾਮ ਬਣਦੇ ਨੇ ਨਾ ਸੁਣਿਓ ਉਹ ਹਰ ਕੰਮ ਤੋਂ ਜੀ ਚਰਾਉਂਦੇ ਨੇ ਹਰ ਕੰਮ ਤੋਂ ਛੱਡ ਯਾਰ ਅੱਜ ਕੀ ਕਰਨਾ ਕੱਲ ਕਰ ਲਾਂਗੇ ਅੱਜ ਤੇ ਠੰਡ ਹੀ ਬੜੀ ਹੈ ਅੱਜ ਤੇ ਠੰਡ ਹੀ ਬੜੀ ਹੈ ਅੱਜ ਇਹ ਕੰਮ ਨਾ ਕੀਤਾ ਤੇ ਕੀ ਫਰਕ ਪੈ ਜਾਣਾ ਸੁਣਿਓ ਹਰ ਕੰਮ ਦੇ ਵਿੱਚੋਂ ਉਹ ਜੀ ਚਰਾਉਂਦੇ ਨੇ ਆਲਸੀ ਨੇ ਪਰ ਇਹ ਚੀਜ਼ ਭੁੱਲ ਜਾਂਦੇ ਨੇ ਕਿ ਸਭ ਤੋਂ ਪਹਿਲੀ ਰੁਕਾਵਟ ਸਾਡੀ ਸਫਲਤਾ ਦੇ ਵਿੱਚ ਸਾਡੀ ਮੰਜ਼ਿਲ ਦੇ ਵਿੱਚ ਪਤਾ ਕੀ ਹੈ ਇਹ ਮਨ ਦੇ ਉੱਤੇ ਕਾਬੂ ਕਰਨਾ ਜੇ ਇਹਦੇ ਉੱਤੇ ਕਾਬੂ ਨਹੀਂ ਨਾ ਹੋਏਗਾ ਫਿਰ ਬੰਦਾ ਅੱਗੇ ਵੱਧ ਹੀ ਨਹੀਂ ਜੇ ਸਕਦਾ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਮਨ ਦੇ ਉੱਤੇ ਕਾਬੂ ਕਰਕੇ ਫਿਰ ਅੱਗੇ ਵਧੋ ਫਿਰ ਹੁਣ ਤੁਸੀਂ ਸਿਆਣੇ ਹੋ ਹੁਣ ਠੰਡ ਕਿੰਨੀ ਪੈ ਰਹੀ ਹੈ ਹੁਣ ਇਹ ਠੰਡ ਦੇ ਦਿਨਾਂ ਦੇ ਵਿੱਚ ਮੰਨ ਲਓ ਕੋਈ ਟੀਚਰ ਬੱਚਿਆਂ ਨੂੰ ਕਵੇ ਬਈ ਇਸ ਦਿਨ ਤੈਨੂੰ ਸਕੂਲ ਆਉਣਾ ਪੈਣਾ ਤੇਰਾ ਇਮਤਿਹਾਨ ਰੱਖਿਆ ਹੈ ਇਮਤਿਹਾਨ ਹੈ ਮੰਨ ਲਓ ਫਾਈਨਲ ਐਗਜ਼ਾਮ ਆ ਗਏ ਅੱਤ ਦੀ ਗਰਮੀ ਵਿੱਚ ਜਾਂ ਅੱਤ ਦੀ ਸਰਦੀ ਦੇ ਵਿੱਚ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਰ੍ਹਾਂ ਦਾ ਮੌਸਮ ਹੁੰਦਾ ਅੱਜ ਇੱਥੇ ਠੰਡ ਪੈ ਰਹੀ ਬੰਬੇ ਵਾਲੇ ਇਲਾਕਿਆਂ 'ਚ ਅੱਤ ਦੀ ਗਰਮੀ ਪੈ ਰਹੀ
ਹੁਣ ਮੰਨ ਲਓ ਮੌਸਮ ਦੇ ਅਨੁਸਾਰ ਕਿਤੇ ਠੰਡ ਪੈ ਰਹੀ ਹੈ, ਕਿਤੇ ਬਹੁਤੀ ਜ਼ਿਆਦਾ ਗਰਮੀ ਪੈ ਰਹੀ, ਟੀਚਰ ਨੇ ਰੱਖੇ ਨੇ ਫਾਈਨਲ ਐਗਜ਼ਾਮ ਜਾਂ ਸਕੂਲ ਦੇ ਫਾਈਨਲ ਐਗਜ਼ਾਮ ਆ ਗਏ, ਜਿੰਨਾ ਮਰਜ਼ੀ ਬੱਚਾ ਕਵੇ ਅੱਜ ਮੇਰਾ ਮਨ ਨਹੀਂ ਮੰਨਦਾ ਸਕੂਲ ਜਾਣ ਤੇ, ਬੱਚੇ ਨੂੰ ਤੇ ਜਾਣਾ ਹੀ ਪੈਣਾ। ਕਿਉਂ ਜਾਣਾ ਪੈਣਾ? ਜੇ ਮੈਂ ਕਿਤੇ ਫਾਈਨਲ ਐਗਜ਼ਾਮ ਨਾ ਦਿੱਤੇ ਤੇ ਇੱਕ ਸਾਲ ਪੂਰੀ ਦੁਬਾਰਾ ਮਿਹਨਤ ਮੈਨੂੰ ਕਰਨੀ ਪੈਣੀ, ਪੂਰੀ ਮਿਹਨਤ ਦੁਬਾਰਾ। ਤੇ ਪਿਆਰੇ ਉਹ ਜਦੋਂ ਚੁਪਹਿਰਿਆਂ ਤੇ ਆਉਂਦੇ ਆ ਨਾ, ਗੁਰੂ ਘਰ ਵਿੱਚ ਆਉਂਦੇ ਆ, ਨਿਤਨੇਮ ਕਰਨ ਲੱਗਦੇ ਆ, ਉਦੋਂ ਵੀ ਆਹੀ ਚੀਜ਼ ਰੱਖਿਆ ਕਰੋ। ਆਹੀ ਚੀਜ਼, ਅੱਤ ਦਾ ਮੀਂਹ ਪੈ ਰਿਹਾ, ਬੰਦਾ ਕਹਿੰਦਾ ਛੱਡ ਯਾਰ ਕੀ ਕਰਨਾ। ਹੁਣ ਉਹ ਮੀਂਹ ਵਾਲੇ ਦਿਨਾਂ ਦੇ ਵਿੱਚ ਹੀ ਮੰਨ ਲਓ ਐਗਜ਼ਾਮ ਹੋਣ ਬੱਚਿਆਂ ਦੇ, ਜੋ ਮਰਜ਼ੀ ਹੋ ਜਾਏ, ਛਤਰੀਆਂ ਦਾ ਪ੍ਰਬੰਧ ਕਰਨ, ਗੱਡੀਆਂ ਦਾ ਕਰਨ, ਟੈਕਸੀ ਦਾ ਕਰਨ, ਜਿਵੇਂ ਮਰਜ਼ੀ ਜਾਣਾ ਹੀ ਪੈਣਾ। ਤੇ ਜਿੱਥੋਂ ਸਭ ਕੁਝ ਮਿਲਣਾ, ਜਿੰਨੇ ਸਭ ਕੁਝ ਦਿੱਤਾ, ਜਿੰਨੇ ਹੁਣ ਤੱਕ ਰੱਖੇ ਆ, ਜਿੰਨੇ ਅੱਗੇ ਵੀ ਰੱਖਣਾ, ਉਹਦੇ ਕੰਮ ਦੇ ਲਈ ਅਸੀਂ ਮਨ ਦੇ ਉੱਤੇ ਕਾਬੂ ਨਹੀਂ ਕਰ ਪਾਉਂਦੇ, ਆਲਸ ਕਰ ਜਾਂਦੇ ਹਾਂ। ਅੱਗੇ ਵਧਣਾ ਕਿਸੇ ਵੀ ਪੱਖ ਤੋਂ, ਤੇ ਸਭ ਤੋਂ ਪਹਿਲਾਂ ਕੰਮ ਕਰਨਾ ਪੈਣਾ ਮਨ ਦੇ ਉੱਤੇ ਕੰਟਰੋਲ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ, ਮਨ ਦੇ ਮਾਲਕ ਬਣਨਾ, ਮਨ ਦੇ ਗੁਲਾਮ ਨਹੀਂ ਬਣਨਾ। ਮੈਂ ਅੱਗੇ ਵੀ ਇਹ ਗੱਲ ਸੁਣਾਈ ਸੀ, ਮੈਂ ਸ਼ਹੀਦਾਂ ਸਾਹਿਬ ਬੈਠਾ ਸਾਂ, ਅੱਜ ਤੋਂ 15-16 ਸਾਲ ਪੁਰਾਣੀ ਗੱਲ ਹੈ ਜਾਂ 20 ਸਾਲ ਪੁਰਾਣੀ ਗੱਲ। ਇੱਕ ਬੱਚੀ ਆਈ ਸੀ ਮੇਰੇ ਕੋਲ, ਮੇਰੀ ਝੋਲੀ ਦੇ ਵਿੱਚ ਉਹਨੇ ਥੋੜ੍ਹੀ ਜਿਹੀ ਸੇਵਾ ਪਾਈ ਤੇ ਨਾਲ ਇੱਕ ਚਿੱਠੀ ਲਿਖ ਕੇ ਦਿੱਤੀ ਮੈਨੂੰ, ਕਹਿੰਦੀ ਵੀਰ ਜੀ ਇਹ ਪੜ੍ਹ ਲੈਣਾ। ਤੇ ਨਾਲ ਜਾਣ ਲੱਗਿਆ ਮੇਰੇ ਕੰਨ 'ਚ ਇੰਨੀ ਗੱਲ ਕਹਿ ਗਈ, ਕਹਿਣ ਲੱਗੀ ਅਸੀਂ ਨਾ ਕਲਰ ਟੀਵੀ ਲਿਆ, ਰੰਗਦਾਰ ਟੀਵੀ ਲਿਆ, ਉਹਦੀ ਤੁਸੀਂ ਅਰਦਾਸ ਕਰਨੀ। ਮੈਂ ਉੱਥੇ ਬੋਲਦਾ ਨਹੀਂ ਸ਼ਹੀਦਾਂ ਸਾਹਿਬ, ਮੈਂ ਧੀ ਨੂੰ ਇਸ਼ਾਰਾ ਕੀਤਾ, ਮੈਂ ਕੋਈ ਨਹੀਂ। ਹੁਣ ਮੈਂ ਆਪਣੇ ਮਨ 'ਚ ਸੋਚਣ ਲੱਗ ਪਿਆ, ਮੈਂ ਕੀ ਅਰਦਾਸ ਕਰਾਂ, ਕਲਰ ਟੀਵੀ ਲਿਆ ਇਹਨਾਂ ਨੇ, ਬਲੈਕ ਐਂਡ ਵਾਈਟ ਵੇਚਿਆ, ਕਲਰ ਲਿਆ, ਕੀ ਅਰਦਾਸ ਕਰਾਂ। ਤੇ ਉਸ ਵੇਲੇ ਨਾ ਜਦੋਂ ਮੈਂ ਉਹ ਬੱਚੀ ਦੀ ਚਿੱਠੀ ਖੋਲ ਕੇ ਬਾਅਦ ਵਿੱਚ ਪੜ੍ਹੀ ਨਾ, ਮੇਰਾ ਸਿਰ ਝੁੱਕ ਗਿਆ। ਵਿੱਚ ਲਿਖਿਆ ਪਤਾ ਕੀ ਸੀ? ਵੀਰ ਜੀ ਅਸੀਂ ਇਹ ਕਲਰ ਟੀਵੀ ਲਿਆ ਤੇ ਅਰਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਰਿਓ, ਅਸੀਂ ਇਸ ਟੀਵੀ ਦੇ ਉੱਤੇ ਜੁੜਨ ਤੇ ਜੋੜਨ ਵਾਲੀਆਂ ਚੀਜ਼ਾਂ ਦੇਖੀਏ, ਨੌਲੇਜ ਵਾਲੀਆਂ ਚੀਜ਼ਾਂ ਦੇਖੀਏ, ਦੂਜੀਆਂ ਚੀਜ਼ਾਂ ਦੇ ਅਸੀਂ ਗੁਲਾਮ ਨਾ ਬਣ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮ ਨੂੰ ਬੜੀ ਖੁਸ਼ੀ ਹੋਈ, ਬੜੀ ਖੁਸ਼ੀ। ਦੇਖੋ ਗੁਲਾਮੀ ਤੇ ਕਰਨੀ ਆਪਣੇ ਮਾਲਕ ਦੀ, ਕਹੋ ਕਬੀਰ ਗੁਲਾਮ ਘਰ ਕਾ ਜੀਆ ਏ ਭਾਵੇਂ ਮਾਰ, ਗੁਲਾਮੀ ਤੇ ਉਹਦੀ ਕਰਨੀ ਹੈ। ਤੇ ਸੱਚੀ ਗੱਲ ਏ, ਸਾਹਿਬਾਂ ਦੀ ਗੁਲਾਮੀ ਇਹੋ ਜਿਹੀ ਗੁਲਾਮੀ ਏ ਜਿਹਨੇ ਆਪਣੇ ਗੁਰੂ ਰਾਮਦਾਸ ਦੀ, ਬਾਬਾ ਦੀਪ ਸਿੰਘ ਦੀ ਗੁਲਾਮੀ ਕਰਨੀ ਸ਼ੁਰੂ ਕਰਤੀ ਨਾ, ਗੁਰੂ ਰਾਮਦਾਸ ਦੀ ਗੁਲਾਮੀ ਨੇ ਬਾਕੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦੇਣੀਆਂ ਨੇ। ਬੋਲੇ ਸੋ ਨਿਹਾਲ, ਗੁਲਾਮੀ ਕਰਨੀ ਆਪਣੇ ਮਾਲਕ ਦੀ ਕਰੋ, ਆਪਣੇ ਮਾਲਕ ਦੀ, ਜੋ ਉਹ ਕਹਿੰਦਾ ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਚੱਲਣਾ। ਜੇ ਕਹਿਤਾ ਬਹਿ ਜਾ ਤੇ ਬੈਠੇ ਰਹਿਣਾ ਜਦ ਤੱਕ ਅਗਲਾ ਹੁਕਮ ਨਾ ਆਵੇ ਖਲੋਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਨੰਦ ਤੇ ਤਾਂ ਬਣੇਗਾ ਲਾਈਫ ਦੇ ਵਿੱਚ ਜਦੋਂ ਅਸੀਂ ਉਹਦੀ ਗੁਲਾਮੀ ਕਰਾਂਗੇ, ਮਹਾਂਪੁਰਖਾਂ ਦੀ ਗੁਲਾਮੀ ਕਰਾਂਗੇ। ਭਾਈ ਨੰਦ ਲਾਲ ਸਾਹਿਬ ਨੇ ਇੱਥੋਂ ਤੱਕ ਕਹਿਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਗਲ ਦੇ ਵਿੱਚ ਆਪਣੇ ਨਾਮ ਦਾ ਪਟਾ ਪਾ ਦੇ, ਆਪਣੀ ਬੰਦਗੀ ਦਾ ਪਟਾ ਪਾ ਦੇ, ਤਾਂ ਜੋ ਜਿੱਧਰੋਂ ਵੀ ਇਹ ਨੰਦ ਲਾਲ ਲੰਘੇ ਲੋਕ ਉਂਗਲੀਆਂ ਕਰ ਕਰਕੇ ਕਹਿਣ ਇਹ ਗੁਰੂ ਗੋਬਿੰਦ ਸਿੰਘ ਦਾ ਗੁਲਾਮ ਜਾ ਰਿਹਾ ਹੈ। ਵੇਖੋ ਇੱਥੋਂ ਦੀ ਗੁਲਾਮੀ ਵੀ ਬੜੀ ਵੱਡੀ ਏ, ਬਾਕੀ ਦੀਆਂ ਗੁਲਾਮੀਆਂ ਬੜੀਆਂ ਮਾੜੀਆਂ ਨੇ। ਗੁਲਾਮੀ ਕਰਨੀ ਬਾਬਾ ਦੀਪ ਸਿੰਘ ਜੀ ਦੀ ਕਰੀ, ਜਿਹਨੇ ਬਾਕੀ ਜੰਜੀਰਾਂ ਸਾਡੀਆਂ ਕੱਟ ਦੇਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਪਹਿਲੀ ਬੇਨਤੀ, ਜੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਨਾ, ਮਨ ਦੇ ਮਾਲਕ ਬਣਨਾ, ਮਨ ਦੇ ਗੁਲਾਮ ਨਹੀਂ ਬਣਨਾ।